ਅੱਜ ਅਮ੍ਰਿਤਾ ਵੜਿੰਗ ਨੇ ਬਹੁਤ ਵੱਡੀ ਗਲਤੀ ਕਰ ਲਈ। ਕੀ ਉਸ ਗਲਤੀ ਦਾ ਖਮਿਆਜ਼ਾ ਰਾਜਾ ਵੜਿੰਗ ਨੂੰ ਭੁਗਤਣਾ ਪਏਗਾ? ਇਹ ਪਤਾ ਨਹੀਂ ਕੀ ਬਹੁਤ ਚੜਿਆ ਹੈ ਕਿ ਅੱਜ ਇੱਕ ਪੁੱਠਾ ਬਿਆਨ ਦੇ ਬੈਠੇ ਕਿ ਇਹ ਪੰਜਾ ਕਾਂਗਰਸ ਦਾ ਪੰਜਾ, ਬਾਬੇ ਨਾਨਕ ਦਾ ਪੰਜਾ। ਇਹ ਬਿਲਕੁਲ ਉਹਨਾਂ ਦਾ ਗਲਤ ਬਿਆਨ ਸੀ। ਉਸ ਦੀ ਅੱਜ ਕੱਲ੍ਹ ਕਾਫੀ ਜ਼ਿਆਦਾ ਪੰਥਕ ਸਫਾਂ ਦੇ ਵਿੱਚ ਅਤੇ ਆਮ ਪੰਜਾਬੀਆਂ ਦੇ ਵਿੱਚ ਵੀ ਇੱਕ ਨੁਕਤਾਚੀਨੀ ਹੋ ਰਹੀ ਹੈ। ਅੱਜ ਅਮ੍ਰਿਤਾ ਵੜਿੰਗ ਕਹਿੰਦੀ ਕਿ ਪੰਜਾ ਬਾਬੇ ਨਾਨਕ ਦਾ, ਕੱਲ੍ਹ ਨੂੰ ਅਕਾਲੀ ਕਹਿੰਦੇ ਹਨ ਕਿ ਤੱਕੜੀ ਬਾਬੇ ਨਾਨਕ ਦੀ ਹੈ, ਪਰਸੋਂ ਨੂੰ ਝਾੜੂ ਵਾਲੇ ਕਹਿੰਦੇ ਹਨਗੇ ਕਿ ਬਾਬੇ ਨਾਨਕ ਦਾ ਝਾੜੂ ਹੈ, ਚੌਥੇ ਨੂੰ ਕ੍ਰਿਸ਼ਨ ਜੀ ਦਾ ਕਹਿੰਦੇ ਹਨਗੇ ਜੀ ਇਹ ਕਮਲ ਫੁੱਲ ਹੈ। ਅਮ੍ਰਿਤਾ ਵੜਿੰਗ ਜਾਂ ਵੜਿੰਗ ਪਰਿਵਾਰ ਕਹਿੰਦੇ ਵੀ ਬਠਿੰਡੇ ਦੀ ਤਿਆਰੀ ਕਰਦਾ ਰਹਿ ਗਿਆ ਅਤੇ ਸਵਾਲ ਆ ਗਿਆ ਲੁਧਿਆਣਾ, ਆਊਟ ਆਫ ਸਿਲੇਬਸ ਹੋ ਗਿਆ ਕੰਮ। ਅਗਰ ਉਹਨੂੰ ਟਿਕਟ ਮਿਲ ਜਾਂਦੀ ਹੈ ਤਾਂ ਸਾਡੂ ਦਾ ਇਫੈਕਟ ਵੀ ਚੱਲੇਗਾ। ਅਰਵਿੰਦ ਖੰਨਾ ਅਤੇ ਕੇਵਲ ਸਿੰਘ ਢਿੱਲੋਂ ਹੋਰਾਂ ਨੂੰ ਮਾਨ ਸਾਹਿਬ ਦੀ ਸਪੋਰਟ ਕਰਨ ਵਾਸਤੇ ਮਹਿਲਾਂ 'ਚੋਂ ਨਿਰਦੇਸ਼ ਹੋ ਸਕਦੇ ਨੇ, ਅਤੇ ਇੱਕ ਹੋਰ ਵੀ ਉੱਥੇ ਸਾਡੂ ਨੇ, ਉਹ ਸਾਡੂ ਨੇ ਮੀਤ ਹਿਆਰ ਅਤੇ ਪਰਮਿੰਦਰ ਢੀਂਡਸਾ ਵੀ ਸਾਡੂ ਨੇ। ਦਲਵੀਰ ਸਿੰਘ ਗੋਲਡੀ ਬਹੁਤ ਜਲਦੀ ਝਾੜੂ ਫੜ ਲੈਣਗੇ, ਗੋਲਡੀ ਬਰਨਾਲੇ ਜਾਏਗਾ ਅਤੇ 100% ਸੌਖੀ ਜਿੱਤ ਜਿੱਤ ਲਏਗਾ, ਕਿਉਂਕਿ ਉਹ ਜਿਮਨੀ ਚੋਣ ਹੋਣੀ ਹੈ। ਜਿਮਨੀ ਚੋਣ ਛੇਤੀ ਸੱਤਾਧਾਰੀ ਤਰ ਬਜਾਏ ਮਾੜੀ ਕਿਸਮਤ ਨਾ ਹੋਵੇ ਨਹੀਂ ਹਾਰਦੀ ਹੁੰਦੀ, ਸੋ ਗੋਲਡੀ ਵਾਸਤੇ ਇੱਕ ਰਾਹ ਖੁੱਲ੍ਹ ਗਿਆ। ਸਿੰਗਲਾ ਸਾਹਿਬ ਆਨੰਦਪੁਰ ਸਾਹਿਬ ਚਲੇ ਗਏ, ਉਹ ਖਹਿਰੇ ਦੇ ਮੂਹਰੇ ਕਟੋਆ ਪੁੱਟ ਗਏ। ਉਹ ਕਿਵੇਂ ਬਾਈ? ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਅਤੇ ਮੈਂ ਹਾਂ ਕਰਨ। ਸਾਡੇ ਪ੍ਰੋਗਰਾਮ ਕੋਰੀਆਂ ਕਰਾਰੀਆਂ 'ਚ ਤੁਹਾਡਾ ਸਵਾਗਤ। ਅੱਜ ਅਮ੍ਰਿਤਾ ਵੜਿੰਗ ਨੇ ਬਹੁਤ ਵੱਡੀ ਗਲਤੀ ਕਰ ਲਈ। ਕੀ ਉਸ ਗਲਤੀ ਦਾ ਖਮਿਆਜ਼ਾ ਰਾਜਾ ਵੜਿੰਗ ਨੂੰ ਭੁਗਤਣਾ ਪਏਗਾ? ਉੱਧਰ ਸੰਗਰੂਰ ਦਾ 3 ਕੋਣਾ ਮੁਕਾਬਲਾ 4 ਕੋਣਾ ਹੁੰਦਾ ਨਜ਼ਰ ਆ ਰਿਹਾ ਹੈ। ਦਲਵੀਰ ਗੋਲਡੀ ਤਿੱਤਲੀ ਵੀ ਬਣ ਸਕਦੇ ਨੇ ਅਤੇ ਤਿੱਤਲੀ ਬਣ ਕੇ ਕਿੱਧਰ ਨੂੰ ਜਾਂਦੇ, ਇਹ ਵੀ ਆਪਣੇ ਆਪ 'ਚ ਵੱਡਾ ਸਵਾਲ। ਬਹੁਤ ਸਾਰੇ ਸਵਾਲ ਨੇ, ਗੱਲਬਾਤ ਕਰਾਂਗੇ ਸਾਡੇ ਨਾਲ ਬਾਈ ਹਰਵਿੰਦਰ ਨੇ। ਰਵਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਿਆਸਤ ਦਿਨ ਬ ਦਿਨ ਬਹੁਤ ਦਿਲਚਸਪ ਹੁੰਦੀ ਜਾ ਰਹੀ, ਅਮ੍ਰਿਤਾ ਵੜਿੰਗ ਨੇ ਬਹੁਤ ਵੱਡੀ ਗਲਤੀ ਕਰਤੀ ਅੱਜ। ਦੇਖੋ ਕਰਨ ਜੀ, ਪਹਿਲਾਂ ਤਾਂ ਤੁਹਾਡਾ ਸਵਾਗਤ। ਉਸ ਤੋਂ ਬਾਅਦ ਜਿਹੜੀ ਗੱਲ ਤੁਸੀਂ ਕਰੀ ਹੈ ਅਮ੍ਰਿਤਾ ਵੜਿੰਗ ਦੀ, ਅਮ੍ਰਿਤਾ ਵੜਿੰਗ ਰਾਜਾ ਅਮਰਿੰਦਰ ਸਿੰਘ ਵੜਿੰਗ ਦੀ ਧਰਮ ਪਤਨੀ ਨੇ। ਰਾਜਾ ਅਮਰਿੰਦਰ ਸਿੰਘ ਵੜਿੰਗ ਨੇ ਨਾ, ਜਿਹੜੇ ਜਿਹਨੂੰ ਰਾਜਾ ਵੜਿੰਗ ਕਿਹਾ ਜਾਂਦਾ, ਉਹ ਅਕਸਰ ਵਿਵਾਦਾਂ 'ਚ ਰਹਿੰਦੇ ਨੇ। ਉਹਨਾਂ ਨੇ ਕਿਸੇ ਟਾਈਮ ਮਿੰਗਣ ਵਾਲਾ ਬਿਆਨ ਵੀ ਦਿੱਤਾ ਸੀ, ਤੁਹਾਡੇ ਯਾਦ ਹੋਣਾ। ਕਦੇ ਤੜਾਗੀਆਂ ਵਾਲਾ ਬਿਆਨ ਵੀ ਦਿੱਤਾ ਸੀ, ਉਹ ਵੀ ਯਾਦ ਹੋਣਾ। ਕਦੇ ਖੰਘ ਦੀਆਂ ਸ਼ੀਸ਼ੀਆਂ ਵਾਲਾ ਬਿਆਨ ਵੀ ਦਿੱਤਾ ਸੀ, ਉਹ ਵੀ ਤੁਹਾਡੇ ਯਾਦ ਹੋਣਾ। ਉਹ ਤਾਂ ਕਰਾਉਂਦੇ ਸੀ ਵਿਵਾਦਾਂ 'ਚ, ਸ਼ਾਇਦ ਇੱਕ ਵਾਰੀ ਦਰਜੀ ਵਾਲਾ ਵੀ ਰੌਲਾ ਪੈ ਗਿਆ ਸੀ, ਉਹ ਤਾਂ ਵਿਵਾਦਾਂ 'ਚ ਰਹਿੰਦੇ ਸੀ। ਪਰ ਬੀਬੀ ਅਮ੍ਰਿਤਾ ਵੜਿੰਗ ਸੀ, ਜਿੱਥੇ ਤੱਕ ਇਹਨਾਂ ਨੇ 2019 ਦੀ ਜਿਹੜੀ ਚੋਣ ਹੋਈ ਸੀ ਬਠਿੰਡੇ ਤੋਂ, ਜਿਹਦੇ 'ਚ ਰਾਜਾ ਵੜਿੰਗ ਜੀ 20,000 ਵੋਟਾਂ ਨਾਲ ਹਾਰ ਗਏ ਤੇ, ਉਹਦੇ 'ਚ ਆਪਣੇ ਆਪ 'ਚ ਬਹੁਤ ਵਧੀਆ ਤਰੀਕੇ ਨਾਲ ਅਪਰੂਵ ਕੀਤਾ ਸੀ ਆਪਣੇ ਆਪ ਲੋਕਾਂ ਦੇ ਸਾਹਮਣੇ। ਪਰ ਇਹ ਪਤਾ ਨਹੀਂ ਕੀ ਪਹੁੰਚ ਚੜਿਆ ਕਿ ਅੱਜ ਇੱਕ ਪੁੱਠਾ ਬਿਆਨ ਦੇ ਬੈਠੇ ਕਿ ਇਹ ਪੰਜਾ ਕਾਂਗਰਸ ਦਾ ਪੰਜਾ, ਬਾਬੇ ਨਾਨਕ ਦਾ ਪੰਜਾ। ਇਹ ਬਿਲਕੁਲ ਉਹਨਾਂ ਦਾ ਗਲਤ ਬਿਆਨ ਸੀ। ਉਸ ਦੀ ਅੱਜ ਕੱਲ੍ਹ ਕਾਫੀ ਜ਼ਿਆਦਾ ਪੰਥਕ ਸਫਾਂ ਦੇ ਵਿੱਚ ਅਤੇ ਆਮ ਪੰਜਾਬੀਆਂ ਦੇ ਵਿੱਚ ਵੀ ਇੱਕ ਨੁਕਤਾਚੀਨੀ ਹੋ ਰਹੀ ਹੈ ਇਸ ਦੀ, ਅਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਵੀ ਇਸ ਦਾ ਨੋਟਿਸ ਲਿਆ। ਦੂਜੀ ਗੱਲ ਇਹ ਹੈ ਕਰਨ ਜੀ, ਹਰ ਇੱਕ ਪਾਰਟੀ ਦਾ ਦੇਖੋ ਆਪਣਾ ਨਿਸ਼ਾਨ ਹੈ। ਅੱਜ ਅਮ੍ਰਿਤਾ ਵੜਿੰਗ ਕਹਿੰਦੀ ਕਿ ਪੰਜਾਬ ਬਾਬੇ ਨਾਨਕ ਦਾ, ਕੱਲ੍ਹ ਨੂੰ ਅਕਾਲੀ ਕਹਿੰਦੇ ਹਨ ਕਿ ਤੱਕੜੀ ਬਾਬੇ ਨਾਨਕ ਦੀ ਹੈ, ਪਰਸੋਂ ਨੂੰ ਝਾੜੂ ਵਾਲੇ ਕਹਿੰਦੇ ਹਨਗੇ ਕਿ ਬਾਬੇ ਨਾਨਕ ਦਾ ਝਾੜੂ ਹੈ, ਉਹ ਬਈ ਪਰ ਚੌਥੇ ਨੂੰ ਕ੍ਰਿਸ਼ਨ ਜੀ ਦਾ ਕਹਿੰਦੇ ਹਨਗੇ ਜੀ ਇਹ ਕਮਲ ਫੁੱਲ ਹੈ। ਇੱਦਾਂ ਦਾ ਬਿਲਕੁਲ ਨਹੀਂ ਹੈਗਾ। ਇਹਨਾਂ ਨੂੰ ਆਪਣੇ ਕਿਰਦਾਰ ਵੇਖਣੇ ਚਾਹੀਦੇ ਨੇ, ਆਪਣੇ ਵਿਚਾਰ ਦੇਖਣੇ ਚਾਹੀਦੇ ਨੇ। ਲੋਕਾਂ ਨੂੰ ਬਿਲਕੁਲ ਭੰਬਲ ਭੂਸੇ 'ਚ ਨਹੀਂ ਪਾਉਣਾ ਚਾਹੀਦਾ। ਆਪਣੇ ਚੋਣ ਲੜੋ,
ਵਧੀਆ ਤਰੀਕੇ ਨਾਲ ਲੜੋ, ਆਪਣੇ ਏਜੰਡੇ 'ਤੇ ਲੜੋ, ਤਕੜੇ ਹੋ ਕੇ ਲੜੋ, ਪਰ ਇੱਦਾਂ ਦੇ ਆਸਰੇ ਨਾ ਲਓ। ਇਹਨਾਂ ਆਸਰਿਆਂ ਦਾ ਤੁਹਾਡੇ 'ਤੇ ਪੰਜਾਬੀ ਗਿਲਾ ਕਰਨਗੇ, ਇਹਨਾਂ ਦਾ ਪੰਜਾਬੀ ਤੁਹਾਡੇ 'ਤੇ ਬੈਕ ਫਾਇਰ ਹੋਏਗਾ। ਸੋ ਇਹ ਰਾਜਾ ਬੜਿੰਗ ਨੂੰ ਇਹ ਭਾਰੀ ਪਏਗਾ। ਦੂਜਾ ਕਾਰਨ ਇੱਕ ਹੋਰ ਵੀ ਹੋ ਸਕਦਾ ਇਹੋ ਜਿਹਾ ਬਿਆਨ ਆਉਣ ਦਾ, ਕਿਉਂਕਿ ਬੀਬੀ ਅੰਮ੍ਰਿਤਾ ਬੜਿੰਗ ਬੜੀ ਕੀਨ ਸੀ, ਇੰਟਰਸਟਡ ਸੀ ਬਹੁਤ ਜ਼ਿਆਦਾ ਬਠਿੰਡਾ ਟਿਕਟ ਤੋਂ, ਬਠਿੰਡਾ ਟਿਕਟ ਤੋਂ ਪ੍ਰਧਾਨ ਜੀ ਕਰਕੇ ਸਰੈਂਡਰ, ਅਤੇ ਉਸ ਦੀ ਇੱਕ ਫਰਸਟ੍ਰੇਸ਼ਨ ਵੀ ਹੋ ਸਕਦੀ ਹੈ, ਭਾਵੇਂ ਕਿ ਮੈਨੂੰ ਹੁਣੀ ਲੇਟੈਸਟ 5-7 ਮਿੰਟ ਪਹਿਲਾਂ ਇਹ ਪਤਾ ਲੱਗਿਆ ਕਿ ਬੀਬੀ ਹੋਰਾਂ ਨੇ ਮਾਫ਼ੀ ਮੰਗ ਲਈ ਹੈ, ਅਤੇ ਇਹ ਉਹਨਾਂ ਦਾ ਕਦਮ ਸਵਾਗਤ ਯੋਗ ਹੈ। ਬਿਲਕੁਲ, ਅੰਮ੍ਰਿਤਾ ਬੜਿੰਗ ਜਾਂ ਬੜਿੰਗ ਪਰਿਵਾਰ ਕਹਿੰਦੇ ਵੀ ਬਠਿੰਡੇ ਦੀ ਤਿਆਰੀ ਕਰਦਾ ਰਹਿ ਗਿਆ ਅਤੇ ਸਵਾਲ ਆ ਗਿਆ ਲੁਧਿਆਣਾ, ਆਊਟ ਆਫ ਸਿਲੇਬਸ ਹੋ ਗਿਆ ਕੰਮ। ਆਊਟ ਆਫ ਸਿਲੇਬਸ ਜਦੋਂ ਪੇਪਰ ਆ ਜਾਂਦਾ ਨਾ ਬੱਚਿਆਂ ਨੂੰ, ਸਕੂਲ 'ਚ ਵੀ ਜਦੋਂ ਕੋਈ ਆ ਜਾਂਦਾ, ਜਦੋਂ ਆਪਾਂ ਪੜ੍ਹਦੇ ਹੁੰਦੇ ਹਾਂ ਕੋਈ ਸਵਾਲ ਆਊਟ ਆਫ ਸਿਲੇਬਸ ਆ ਜਾਵੇ ਤਾਂ ਫਿਰ ਆਲੇ ਦੁਆਲੇ ਝਾਕਣਾ ਪੈਂਦਾ, ਫਿਰ ਜਵਾਬ ਤਾਂ ਗਲਤ ਲਿਖ ਹੀ ਦਿੰਦਾ ਬੰਦਾ, ਗੱਪਾਂ ਰੇੜਦਾ ਫਿਰ, ਹੈ ਬੀਬੀ ਨੇ ਚੌਰਸ ਰੇੜੀ। ਬਿਲਕੁਲ ਬਿਲਕੁਲ, ਉਹ ਚੌਰਸ ਗੱਪ ਰੇੜਨ ਦੀ ਕੋਸ਼ਿਸ਼ ਕੀਤੀ ਸੀ, ਉਹ ਰੂੜੀ ਘੱਟ ਅਤੇ ਉਹ ਬੈਕਫਾਇਰ ਜ਼ਿਆਦਾ ਕਰ ਗਿਆ। ਬਿਲਕੁਲ ਬਾਈ, ਇਹ ਤਾਂ ਹੋਈ ਅੱਜ ਦੀ ਖਬਰ। ਸੰਗਰੂਰ ਵੱਲ ਨੂੰ ਚੱਲੀਏ, ਤਿਕੋਣਾ ਮੁਕਾਬਲਾ 4 ਕੋਣਾ ਹੁੰਦਾ ਨਜ਼ਰ ਆ ਰਿਹਾ, ਦਲਵੀਰ ਗੋਲਡੀ ਦੇ ਵੀ ਬਾਗੀ ਸੁਰ ਪੂਰੇ ਪੰਜਾਬ ਨੇ ਸੁਣ ਲਏ, ਤਿਤਲੀ ਬਣ ਸਕਦੇ ਨੇ, ਕੀ ਲੱਗਦਾ ਸੰਗਰੂਰ ਦੇ ਤਾਜ਼ਾ ਹਾਲਾਤ ਕੀ ਨੇ, ਕਿਹੜੀਆਂ ਚੀਜ਼ਾਂ ਉੱਥੇ ਜਿਹੜੀਆਂ ਮੈਟਰ ਕਰਦੇ? ਕਰਨ ਜੀ, ਆਪਾਂ ਸੰਗਰੂਰ ਬਾਰੇ ਥੋੜ੍ਹੀ ਜਿਹੀ ਦਿਲਚਸਪੀ ਨਾਲ ਗੱਲ ਕਰਦੇ ਹਾਂ। ਸੰਗਰੂਰ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਸ਼੍ਰੋਮਣੀ ਅਕਾਲੀ ਦਲ ਨੂੰ ਲਈਏ, ਖੇਤਰੀ ਪਾਰਟੀ ਹੈ, ਲੋਕਾਂ ਦਾ ਖੇਤਰੀ ਪਾਰਟੀ ਨਾਲ ਮੋਹ ਵਧੇ ਰਿਹਾ ਹੁੰਦਾ, ਭਾਵੇਂ ਕਿ ਪਿਛਲੇ ਕੁਝ ਸਮੇਂ ਤੋਂ ਭੰਗ ਹੋਇਆ ਵੈ, ਪਰ ਖੇਤਰੀ ਪਾਰਟੀ ਫਿਰ ਵੀ ਖੇਤਰ ਦੇ ਲੋਕਾਂ ਦੇ ਜ਼ਿਆਦਾ ਨਜ਼ਦੀਕ ਹੁੰਦੀ ਹੈ। ਸੰਗਰੂਰ ਦੇ ਵਿੱਚ ਕੀ ਹੋਇਆ, ਹੁਣ ਆਪਾਂ ਸੰਗਰੂਰ ਤੋਂ ਜਦੋਂ ਸਟਾਰਟ ਕਰਦੇ ਹਾਂ ਤਾਂ ਉੱਥੇ ਬਾਬੂ ਪ੍ਰਕਾਸ਼ ਚੰਦ ਗਰਗ ਬੈਠੇ ਨੇ, ਉਹ ਸੰਗਰੂਰ ਤੋਂ MLA ਰਹੇ। ਉਹਨਾਂ ਦੇ ਜਿਸ ਟਾਈਮ ਢੀਂਡਸਾ ਅਤੇ ਬਾਦਲ ਪਰਿਵਾਰ ਆਪਸ 'ਚ ਵੱਖਰੇ ਹੋਏ ਆ, ਉਹ ਢੀਂਡਸਿਆਂ ਦੇ ਬਹੁਤ ਜ਼ਿਆਦਾ ਵਫ਼ਾਦਾਰ ਪਰਸਨ ਸੀ, ਔਰ ਉਹਨਾਂ ਨੇ ਬਾਦਲ ਪਰਿਵਾਰ ਨਾਲ ਆਉਣਾ ਕੀਤਾ। ਪਰ ਜਦੋਂ ਸੰਗਰੂਰ ਦੀ ਟਿਕਟ ਦੇਣ ਦੀ ਗੱਲ ਹੋਈ 2022 ਦੇ ਵਿੱਚ ਵਿਧਾਨ ਸਭਾ 'ਚ, ਤਾਂ ਬਾਬੂ ਪ੍ਰਕਾਸ਼ ਚੰਦ ਗਰਗ ਦੀ ਟਿਕਟ ਕੱਟ ਕੇ ਬੇਨਰਜੀਤ ਸਿੰਘ ਗੋਲਡੀ ਨੂੰ ਦੇ ਦਿੱਤੀ ਗਈ। ਉਹ ਭਰੇ ਪੀਤੇ ਬੈਠੇ ਸੀ, ਉਹ ਪਿਛਲੇ ਸਮਿਆਂ ਦੇ ਵਿੱਚ ਅਕਾਲੀ ਦਲ ਸੰਯੁਕਤ ਵਿੱਚ ਚਲੇ ਗਏ ਅਤੇ ਦੁਬਾਰਾ ਹੁਣ ਢੀਂਡਸਿਆਂ ਦੇ ਨਾਲ ਦੁਬਾਰਾ ਫਿਰ ਵਾਪਸ ਆ ਗਏ, ਅਤੇ ਉਹਨਾਂ ਨੂੰ ਪਿਛਲੇ ਦਿਨਾਂ 'ਚ ਕੋਰ ਕਮੇਟੀ ਦਾ ਮੈਂਬਰ ਵੀ ਐਲਾਨਿਆ। ਬਾਬੂ ਪ੍ਰਕਾਸ਼ ਚੰਦ ਗਰਗ ਨੂੰ ਕਿਵੇਂ ਮੈਨੇਜ ਕਰੇਗਾ ਇਕਬਾਲ ਸਿੰਘ ਝੂੰਦਾ, ਸੋਚਣ ਵਾਲੀ ਗੱਲ ਹੈ। ਸੰਗਰੂਰ ਤੋਂ ਭਵਾਨੀਗੜ੍ਹ ਆ ਗਏ, ਭਵਾਨੀਗੜ੍ਹ ਤੋਂ ਜਦੋਂ ਤੁਸੀਂ ਦਿੜਵੇ ਨੂੰ ਤੁਰਦੇ ਹੋ, ਦਿੜਵੇ 'ਚ ਗਾਹਾਂ ਜਾ ਕੇ ਬਲਦੇਵ ਸਿੰਘ ਮਾਨ ਬੈਠੇ ਨੇ। ਬਲਦੇਵ ਸਿੰਘ ਮਾਨ ਇੱਕ ਕਾਫ਼ੀ ਸ਼ਕਤੀਸ਼ਾਲੀ ਲੀਡਰ ਆ ਉਸ ਖਿੱਤੇ ਦਾ, ਸਾਬਕਾ ਮੰਤਰੀ ਰਿਹਾ, ਉਹ ਵੀ ਨਾਰਾਜ਼ ਹੈ। ਇਕਬਾਲ ਸਿੰਘ ਝੂੰਦਾ ਹੋਰਾਂ ਨਾਲ ਉਹਦੀ ਵੀ ਨਹੀਂ ਬਣ ਰਹੀ। ਉਸ ਤੋਂ ਗਾਹਾਂ ਚੱਲੀਏ ਥੋੜ੍ਹਾ ਜਿਹਾ, ਸਨਾਮ ਆ ਗਿਆ। ਸਨਾਮ ਪਰਮਿੰਦਰ ਢੀਂਡਸਾ 3-4 ਵਾਰੀ ਲਗਾਤਾਰ ਜਿੱਤਿਆ ਵਿਧਾਨ ਸਭਾ ਦੀ ਚੋਣ, ਪਰਮਿੰਦਰ ਸਿੰਘ ਢੀਂਡਸਾ ਸਨਾਮ ਦੇ ਵਿੱਚ ਮਦਦ ਨਹੀਂ ਕਰੂਗਾ। ਉਸ ਤੋਂ ਗਾਹਾਂ ਚੱਲੀਏ ਸੰਗਰੂਰ, ਜਦੋਂ ਮਾਨਸੇ ਤੋਂ ਆਪਾਂ ਸਨਾਮ ਤੋਂ ਲਹਿਰੇ ਚਲੇ ਜਾਓ, ਲਹਿਰੇ ਦੇ ਵਿੱਚ ਫਿਰ ਪਰਮਿੰਦਰ ਸਿੰਘ ਢੀਂਡਸਾ ਬੈਠਾ, ਉੱਥੇ ਜਾ ਕੇ ਫਿਰ ਇਕਬਾਲ ਸਿੰਘ ਝੂੰਦਿਆ ਹੋਰਾਂ ਦੀ ਪ੍ਰੋਪਰ ਮਦਦ ਨਹੀਂ ਹੋਣੀ। ਉਸ ਤੋਂ ਗਾਹਾਂ ਚੱਲੋ ਭਦੌੜ ਚਲੇ ਜਾਓ, ਭਦੌੜ 'ਚ ਸੰਤ ਬਲਵੀਰ ਸਿੰਘ ਘੁੰਨਸ ਬੈਠੇ ਨੇ, ਉਹਨਾਂ ਨੇ ਵੀ ਪ੍ਰੋਪਰ ਮਦਦ ਨਹੀਂ ਕਰਨੀ। ਇਸੇ ਖਿੱਤੇ ਦੇ ਵਿੱਚ ਇੱਕ ਸਨਾਮ ਦੇ ਖਿੱਤੇ ਦੇ ਵਿੱਚ ਗੁਰਵਚਨ ਸਿੰਘ ਬੱਚੀ ਬੈਠਾ, ਉਹ ਸਾਬਕਾ AM ਹੈ ਬਿਜਲੀ ਬੋਰਡ ਦਾ, ਕਾਫ਼ੀ ਸ਼ਕਤੀਸ਼ਾਲੀ ਲੀਡਰ ਹੈ, ਉਹ ਵੀ ਢੀਂਡਸਿਆਂ ਦਾ ਹੋਏ, ਉਹਨਾਂ ਨੇ ਵੀ ਮਦਦ ਨਹੀਂ ਕਰਨੀ। ਭਦੌੜ ਤੋਂ ਬਰਨਾਲੇ ਚਲੇ ਜਾਓ, ਬਰਨਾਲੇ ਜਾ ਕੇ ਗਗਨਜੀਤ ਸਿੰਘ ਦਾ ਪਰਿਵਾਰ ਬੈਠਾ ਹੈ, ਉਹ ਵੀ ਨਿਰਾਸ਼ ਹੈ, ਉਹ ਵੀ ਨਾਰਾਜ਼ ਹੈ, ਉਹ ਵੀ ਪ੍ਰੋਪਰ ਨਹੀਂ ਨਾਲ ਤੁਰ ਰਿਹਾ। ਉਸ ਤੋਂ ਬਾਅਦ ਬਰਨਾਲੇ ਤੋਂ ਧੂਰੀ ਚਲੇ ਜਾਓ, ਧੂਰੀ ਦੇ ਵਿੱਚ ਵੀ ਗਗਨਜੀਤ ਬਰਨਾਲੇ ਹੋਰਾਂ ਦਾ ਬੇਟੇ ਦਾ ਆਧਾਰ ਹੈ, ਉੱਥੇ ਤਾਂ ਚੋਣ ਲੜਿਆ ਵੈ। ਸੋ ਜਿੱਥੇ ਤੱਕ ਅਕਾਲੀ ਦਲ ਦਾ ਸੰਬੰਧ ਹੈ,
ਇਕਬਾਲ ਸਿੰਘ ਝੁੰਦਾ ਹੋਰਾਂ ਵਾਸਤੇ ਬਹੁਤ ਵੱਡੀਆਂ ਇਹ ਪ੍ਰੋਬਲਮਸ ਨੇ, ਟਿਕਟ ਤਾਂ ਲੈ ਲਈ ਹੈ, ਪ੍ਰਧਾਨ ਜੀ ਹੋਰਾਂ ਨੇ ਟਿਕਟ ਦੇ ਤੀ ਹੈ, ਇਹਨਾਂ ਲੋਕਾਂ ਨੂੰ ਕਿਵੇਂ ਮੈਨੇਜ ਕਰੇਗਾ? ਜਦੋਂ ਤੱਕ ਇਹਨਾਂ ਨੂੰ ਪ੍ਰੋਪਰ ਮੈਨੇਜ ਨਹੀਂ ਹੁੰਦੇ, ਉਸ ਸਮੇਂ ਤੱਕ ਇਕਬਾਲ ਸਿੰਘ ਝੁੰਦਾ ਵਾਸਤੇ ਦਿੱਲੀ ਤਾਂ ਦਿੱਲੀ, ਸੰਗਰੂਰ ਤੋਂ ਬਾਹਰ ਨਿਕਲਣਾ ਔਖਾ ਹੋ ਜਾਣਾ ਬਿਲਕੁਲ ਜਿਹੜੇ ਹਾਲਾਤ ਸਿੰਗਲੇ ਦੇ ਆਨੰਦਪੁਰ, ਉਹੋ ਜਿਹੇ ਹਾਲਾਤ ਬਣੇ। ਬਿਲਕੁਲ ਬਿਲਕੁਲ, ਸਿੰਗਲਾ ਸਾਹਿਬ ਆਨੰਦਪੁਰ ਸਾਹਿਬ ਚਲੇ ਗਏ, ਉਹ ਖਹਿਰੇ ਦੇ ਮੂਹਰੇ ਕਟੋਆ ਪੁੱਟ ਗਏ। ਉਹ ਕਿਵੇਂ ਬਾਈ? ਉਹ ਇੱਦਾਂ ਪੁੱਟ ਗਏ, ਆਨੰਦਪੁਰ ਸਾਹਿਬ 'ਚ ਉਹ ਬਿਲਕੁਲ ਨਵੇਂ ਨੇ, ਉਹਨਾਂ ਨੇ ਆਪਣਾ ਲਾਮ ਲਸ਼ਕਰ ਲੈ ਕੇ ਜਿਹਨੇ ਸੰਗਰੂਰ 'ਚ ਪ੍ਰਚਾਰ ਕਰਨਾ ਸੀ ਉਹ ਆਨੰਦਪੁਰ ਸਾਹਿਬ ਆ ਗਏ, ਉਹ ਖਹਿਰੇ ਨੂੰ ਪਹਿਲੇ ਦਿਨ ਇੱਕ ਸੈੱਟ ਬੈਕ ਦੇ ਗਿਆ, ਭਾਵ ਸਿੰਗਲੇ ਦੀ ਟਿਕਟ ਖਹਿਰੇ ਵਾਸਤੇ ਬੈਕਫਾਇਰ, ਅਤੇ ਨਾਲ ਦੀ ਨਾਲ ਦੂਜਾ ਬੈਕਫਾਇਰ ਹੋ ਰਿਹਾ ਸਿੰਗਲੇ ਵਾਸਤੇ ਦਲਵੀਰ ਸਿੰਘ ਗੋਲਡੀ ਹੋਰਾਂ ਦਾ, ਜਿਵੇਂ ਤੁਸੀਂ ਦੱਸਿਆ, ਜਿਵੇਂ ਆਪਾਂ ਸੁਣ ਰਹੇ ਹਾਂ ਵੀ ਦਲਵੀਰ ਸਿੰਘ ਗੋਲਡੀ ਬਹੁਤ ਜਲਦੀ ਝਾੜੂ ਫੜ ਲੈਣਗੇ। ਜੇ ਦਲਵੀਰ ਸਿੰਘ ਗੋਲਡੀ ਨੇ ਝਾੜੂ ਫੜ ਲਿਆ ਤਾਂ ਇਟ ਮੀਨਸ ਮੀਤ ਹੇਅਰ ਜਿਹੜੇ ਸਾਡੇ ਮਿਨਿਸਟਰ ਨੇ ਉਹਨਾਂ ਨੂੰ ਕਾਫੀ ਵੱਡਾ ਬਲ ਮਿਲੇਗਾ, ਅਤੇ ਇਹ ਮੁਕਾਬਲਾ ਜਿਹੜਾ ਉਹ ਸਖ਼ਤ ਹੋ ਜਾਏਗਾ, ਹੋਰ ਖਹਿਰੇ ਹੋਰਾਂ ਵਾਸਤੇ ਵੱਡੀ ਚੁਣੌਤੀ ਬਣ ਜਾਏਗਾ। ਉਸ ਤੋਂ ਅਗਾਂਹ ਚੱਲੀਏ ਆਪਾਂ ਮਾਨ ਸਾਹਿਬ ਹੋਰਾਂ ਦੀ, ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੇ ਪਿਛਲੇ ਵਾਰੀ MP, ਵੈਸੇ ਇਹਨਾਂ ਨੇ ਪੂਰਾ ਜ਼ੋਰ ਲਾਇਆ ਵੀ ਕਿਸੇ ਤਰੀਕੇ ਗੋਲਡੀ ਨੂੰ ਰੋਕ ਲਈਏ, ਕੋਈ ਗੋਲਡਨ ਸਪਨਾ ਦਿਖਾ ਲਈਏ, ਕਿਉਂਕਿ ਖਹਿਰਾ ਅੱਜ ਤੋਂ 2 ਕੁ ਦਿਨ ਪਹਿਲਾਂ ਕਾਫੀ ਮਜ਼ਬੂਤ ਚੱਲ ਰਹੇ ਸੀ 2 ਫੈਕਟਰ ਜਿਹੜੇ ਨੇ, ਕਿਉਂਕਿ ਇੱਕ ਵੋਟ ਕੀਮਤੀ ਇਸ ਵੇਲੇ ਜਿਹੋ ਜਿਹਾ ਮੁਕਾਬਲਾ ਬਣਿਆ ਪਿਆ, ਇਹ 2 ਫੈਕਟਰਾਂ ਨੇ ਖਹਿਰੇ ਨੂੰ ਥੋੜ੍ਹਾ ਜਿਹਾ ਪਿੱਛੇ ਕਰ ਦਿੱਤਾ ਹੈਗਾ। ਗੋਲਡੀ ਨੂੰ ਜੇ ਰੋਕਣਾ ਹੋਵੇ ਤਾਂ ਕਿਵੇਂ ਰੋਕਣਗੇ? ਦੇਖੋ ਗੋਲਡੀ ਰੁਕਦਾ ਹੁਣ ਘੱਟ ਲੱਗ ਰਿਹਾ, ਜਦੋਂ ਇੱਕ ਵਾਰੀ ਬੰਦਾ ਬਾਗੀ ਹੋ ਜਾਵੇ ਨਾ ਉਸ ਤੋਂ ਬਾਅਦ ਜੇ ਰੁਕ ਜਾਵੇ ਘਰ ਦੇ ਵਿੱਚ ਤਾਂ ਉਹਦੀ ਇੱਜ਼ਤ ਘੱਟ ਜਾਂਦੀ ਆ, ਪਹਿਲੀ ਗੱਲ ਨਹੀਂ ਰਹਿੰਦੀ। ਜੇ ਰੁਕ ਜਾਵੇ ਹੁੰਦਾ ਚੰਗਾ ਏ, ਉਸ ਵਾਸਤੇ ਚੰਗਾ ਰਹੇਗਾ, ਪਰ ਫਿਰ ਪ੍ਰੋਬਲਮ ਆ ਜਾਂਦੀ ਹੈ। ਹੁਣ ਇਹ ਵੇਖਦੇ ਹਾਂ ਵੀ ਕਾਂਗਰਸ ਉਸ ਨੂੰ ਕੀ ਦਿੰਦੀ ਹੈ, ਹੋ ਸਕਦਾ ਯੂਥ ਵਗੈਰਾ ਦਾ ਪ੍ਰਧਾਨ ਲਗਾ ਦਿੱਤਾ ਜਾਵੇ, ਠੀਕ ਹੈ, ਜਾਂ ਕਿਸੇ ਹੋਰ ਵੱਡੇ ਅਹੁਦੇ ਵਾਸਤੇ ਦੇ ਕਹਿ ਦਿੱਤਾ ਜਾਵੇ। ਸੋ ਫਿਲਹਾਲ ਗੋਲਡੀ ਦੇ ਉੜਨ ਦੇ ਚਾਂਸ ਜ਼ਿਆਦਾ ਨੇ ਅਤੇ ਰੋਕਣ ਦੇ ਘੱਟ ਨੇ। ਸੈਟਿੰਗ ਕਹਿੰਦੇ ਇੱਦਾਂ ਵੀ ਹੋ ਸਕਦੀ, ਮੀਤ ਹੇਅਰ ਜੇ ਜਿੱਤ ਗਏ ਤਾਂ ਗੋਲਡੀ ਨੂੰ ਉੱਧਰੋਂ ਲੜਾਇਆ ਜਾ ਸਕਦਾ ਹੈਗਾ, ਐਮਐਲਏ ਦੀ ਵੋਟ ਲੜਾਈ ਜਾ ਸਕਦੀ। ਬਿਲਕੁਲ ਇਹ ਹੈ, ਜੇ ਮੀਤ ਹੇਅਰ ਜਿੱਤ ਜਾਂਦੇ ਨੇ ਤਾਂ ਗੋਲਡੀ ਬਰਨਾਲੇ ਜਾਏਗਾ ਅਤੇ 100% ਸੌਖੀ ਜਿੱਤ ਜਿੱਤ ਲਏਗਾ, ਕਿਉਂਕਿ ਉਹ ਜਿਮਨੀ ਚੋਣ ਹੋਣੀ ਹੈ। ਜਿਮਨੀ ਚੋਣ ਛੇਤੀ ਸੱਤਾਧਾਰੀ ਤਰ ਬਜਾਏ ਮਾੜੀ ਕਿਸਮਤ ਨਾ ਹੋਵੇ ਨਹੀਂ ਹਾਰਦੀ ਹੁੰਦੀ, ਸੋ ਗੋਲਡੀ ਵਾਸਤੇ ਇੱਕ ਰਾਹ ਖੁੱਲ ਗਿਆ। ਮਾਨ ਸਾਹਿਬ ਵੱਲ ਨੂੰ ਆਈਏ, ਮਾਨ ਸਾਹਿਬ ਨੇ ਆਪਣਾ ਉਮੀਦਵਾਰ ਬਿਠਾ ਲਿਆ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਦੇ ਹੱਕ ਦੇ ਵਿੱਚ, ਅੰਮ੍ਰਿਤਪਾਲ ਦਾ ਉਹ ਫੈਕਟਰ ਤੁਹਾਨੂੰ ਲੱਗਦਾ ਕਿ ਮਾਨ ਸਾਹਿਬ ਨੂੰ ਉਹ ਉੱਪਰ ਲੈ ਕੇ ਜਾਏਗਾ, ਕਿਉਂਕਿ ਉੱਥੇ ਡੇਰਾ ਪ੍ਰੇਮੀਆਂ ਦੀ ਵੋਟ ਵੀ ਬਹੁਤ ਹੈ, ਇਹਨਾਂ ਦੀ ਆਪਸ 'ਚ ਟਸਲ ਵੀ, ਜਿੱਧਰ ਨੂੰ ਕੋਈ ਇੱਕ ਤੋੜਦਾ ਦੂਜਾ ਉਹਦੇ ਉਲਟ ਤੋੜਦਾ, ਉੱਧਰਲੀ ਸਿਆਸਤ ਵੀ ਜਿਹੜੀ ਬੜੀ ਰੋਚਕ ਰਹਿੰਦੀ ਹੈ। ਦੇਖੋ ਗੱਲ ਇਹ ਹੈ, ਜਿੱਥੇ ਕਿ ਡੇਰਾ ਪ੍ਰੇਮੀਆਂ ਦੀ ਗੱਲ ਹੈ ਨਾ, ਵਾਕਿਆ ਹੀ ਤੁਹਾਡੀ ਗੱਲ ਸਹੀ ਹੈ ਕਿ ਸੰਗਰੂਰ ਸੈਗਮੈਂਟ ਦੇ ਵਿੱਚ ਡੇਰਾ ਪ੍ਰੇਮੀ ਸਭ ਤੋਂ ਜ਼ਿਆਦਾ ਨੇ, ਪਰ ਉਹਨਾਂ ਦੀ ਵੋਟ ਯੂਨਾਈਟ ਨਹੀਂ ਰਹੀ। ਉਹ ਅੱਜ ਤੋਂ ਜਿਸ ਤਰੀਕੇ ਨਾਲ ਪਹਿਲਾਂ ਵੋਟ ਸੀ ਨਾ, ਉਸ ਤਰ੍ਹਾਂ ਦੀ ਉਹ ਵੋਟ ਹੈ ਨੇ, ਅਤੇ ਉਹ ਆਪਣੀਆਂ ਆਪਣੀਆਂ ਵੋਟਾਂ ਪਹਿਲਾਂ ਖਿੰਡੀਆਂ ਵੀ ਨੇ। ਜਿੱਥੇ ਤੱਕ ਬੈਕਫਾਇਰ ਦੀ ਗੱਲ ਹੈ, ਮਾਨ ਸਾਹਿਬ ਨੇ ਬੈਕਫਾਇਰ ਨਹੀਂ ਕਰੂਗਾ ਜਿੱਥੇ ਤੱਕ ਮੇਰਾ ਆਈਡੀਆ, ਕਿਉਂਕਿ ਜੇ ਡੇਰਾ ਪ੍ਰੇਮੀ ਇਕੱਠੇ ਹੁੰਦੇ ਨੇ ਤਾਂ ਪੰਥਕ ਵੋਟ ਵੀ ਨਾਲ ਦੀ ਨਾਲ ਕੰਸੋਲੀਡੇਟ ਹੋਣ ਲੱਗ ਜਾਂਦੀ ਹੈ, ਸਮਝ ਗਏ ਨਾ? ਇਹ ਰਿਐਕਸ਼ਨ ਦਾ ਰਿਐਕਸ਼ਨ ਨਾਲ ਆ ਜਾਣਾ, ਠੀਕ ਹੈ ਨਾ? ਸੋ ਇਹ ਮਾਨ ਸਾਹਿਬ ਨੂੰ ਫਾਇਦਾ ਹੋਏਗਾ। ਅਤੇ ਉੱਥੇ ਇੱਕ ਹੋਰ ਸਭ ਤੋਂ ਵੱਡੀ ਗੱਲ ਹੈ, ਉੱਥੇ ਕਰਨ ਜੀ ਤੁਸੀਂ ਭੁੱਲ ਗਏ, ਉੱਥੇ ਸਾਡੂਆਂ ਦਾ ਬੜਾ ਇਫੈਕਟ ਹੋਣਾ। ਬਿਲਕੁਲ ਬਿਲਕੁਲ, ਸਾਡੂ ਤਾਂ ਦਿਮਾਗ 'ਚ ਹੀ ਰਹਿ ਗਿਆ। ਜੇ ਟਿਕਟ ਉੱਥੇ ਹਰਜੀਤ ਗਰੇਵਾਲ ਨੂੰ ਮਿਲ ਜਾਂਦੀ ਹੈ ਨਾ ਭਾਜਪਾ ਦੀ,
ਹਰਜੀਤ ਗਰੇਵਾਲ ਕਿੱਦਾਂ ਦਾ ਚਿਹਰਾ ਵਿਚਾਰਾ ਜਿਹਨੇ ਸਭ ਤੋਂ ਵੱਧ ਫਜ਼ੀਹਤ ਝੱਲੀ ਹੈ, ਸਭ ਤੋਂ ਵੱਧ ਵਿਚਾਰੇ ਨੂੰ ਰੋਟੀ ਖਾਣੀ ਨਹੀਂ ਕਿਤੇ ਦੇ ਹੋਟਲ 'ਚ ਮਿਲੀ, ਉਹਨੂੰ ਪਤਾ ਲੱਗ ਜਾਂਦਾ ਸੀ ਵੀ ਕਿਸਾਨ ਆ ਗਿਆ, ਅੱਧ ਵਿਚਾਲੇ ਰੋਟੀ ਛੱਡ ਕੇ ਭੱਜ ਜਾਂਦਾ ਸੀ, ਠੀਕ ਹੈ ਨਾ। ਜੇ ਅਗਰ ਉਹਨੂੰ ਟਿਕਟ ਮਿਲ ਜਾਂਦੀ ਹੈ ਤਾਂ ਸਾਡੂ ਦਾ ਫੈਕਟ ਵੀ ਚੱਲੇਗਾ। ਅਰਵਿੰਦ ਖੰਨਾ ਅਤੇ ਕੇਵਲ ਸਿੰਘ ਢਿੱਲੋਂ ਹੋਰਾਂ ਨੂੰ ਮਾਨ ਸਾਹਿਬ ਦੀ ਸਪੋਰਟ ਕਰਨ ਵਾਸਤੇ ਮਹਿਲਾਂ 'ਚੋਂ ਨਿਰਦੇਸ਼ ਹੋ ਸਕਦੇ ਨੇ, ਅਤੇ ਇੱਕ ਹੋਰ ਵੀ ਉੱਥੇ ਸਾਡੂ ਨੇ, ਉਹ ਸਾਡੂ ਨੇ ਮੀਤ ਹੇਅਰ ਅਤੇ ਪਰਮਿੰਦਰ ਢੀਂਡਸਾ ਵੀ ਸਾਡੂ ਨੇ, ਭਾਵੇਂ ਕਿ ਉਹ ਦੂਰ ਦੇ ਸਾਡੂ ਨੇ। ਸਾਡੇ ਸਾਡੂ ਤਾਂ ਇੱਦਾਂ ਦੇ ਵੀ ਹੁੰਦੇ ਨੇ, ਮੈਂ ਇੱਕ ਵਾਰੀ ਸੰਗਰੂਰ ਬੈਠਾ ਅਤੇ ਉਹ ਗੱਲਾਂ ਕਰਨ ਲੱਗ ਗਏ, ਕਹਿੰਦੇ ਬਾਈ ਇਹ ਮੇਰਾ ਸਾਡੂ ਹੈ। ਮੈਂ ਕੀ ਗੱਲ, ਤੁਸੀਂ ਦੋਵੇਂ ਭੈਣਾਂ ਨੇ ਭਰਾਈ ਤੋਂ ਭਾਈ ਤੁਹਾਡੀਆਂ ਇਹ? ਕਹਿੰਦੇ ਨਹੀਂ ਭੈਣਾਂ ਨਹੀਂ ਬਾਈ, ਮੈਂ ਫਿਰ ਇੱਕ ਪਿੰਡ ਵਿਆਹੇ ਆ। ਕਹਿੰਦੇ ਨਹੀਂ, ਮੈਂ ਫਿਰ ਹੋਰ ਕਿਵੇਂ ਸਾਡੂ ਨੇ? ਕਹਿੰਦੇ ਸੰਗਰੂਰੋਂ ਇਹ ਵੀ ਇਹਨੂੰ ਵੀ ਭਦੌੜ ਵਾਲੀ ਬੱਸ ਲੈਣੀ ਪੈਂਦੀ ਹੈ, ਅਤੇ ਸਾਨੂੰ ਵੀ ਕਹਿੰਦਾ ਸੰਗਰੂਰ ਤੋਂ ਭਦੌੜ ਵਾਲੀ ਬੱਸ ਲੈ ਵੀ ਉਸ ਏਰੀਏ 'ਚ ਆ, ਕਹਿੰਦਾ ਸਾਡੇ। ਸੋ ਸਾਡੂ ਤਾਂ ਇੱਥੇ ਤੱਕ ਚਲੇ ਜਾਂਦੇ ਨੇ, ਮੀਤ ਹੈਰ ਅਤੇ ਪਰਮਿੰਦਰ ਵੀ ਆਪਸ ਦੇ ਵਿੱਚ ਸਾਡੂ ਨੇ, ਹੋ ਸਕਦਾ ਉਹਨਾਂ ਨੂੰ ਵੀ ਇੱਕ ਵਧੀਆ ਮਿਲਣ ਜੁਲਣ ਦਾ ਮੌਕਾ ਮਿਲ ਜਾਵੇ, ਜਿਸ ਤਰੀਕੇ ਨਾਲ ਬਾਦਲਾਂ ਨੇ ਢੀਂਡਸਾ ਸਾਹਿਬ ਨੂੰ ਇਗਨੋਰ ਕੀਤਾ ਹੈ। ਸਾਡੂ ਰਿਸ਼ਤੇਦਾਰੀ ਨਿਭਾ ਸਕਦਾ, ਵੈਸੇ ਤਾਂ ਕਿਹਾ ਜਾਂਦਾ ਹੈ ਵੀ ਸਾਡੂ ਨਾਲ ਤੇਰੀ ਲੱਖ ਲਾਗ ਡਾਟ ਜੀਜਾ, ਸਾਲੀ ਨਾਲ ਤੇਰੀ ਕੀ ਬੰਦੂਕ ਚੱਲੀ ਹੈ, ਪਰ ਸਾਡੂ ਫੇਰ ਵੀ ਸਾਡੂ ਇਹ ਹੁੰਦਾ, ਐਡੀ ਗੱਲ ਨਹੀਂ ਹੈਗੀ। ਇੱਕ ਉੱਥੇ ਹੋਰ ਡੀ ਐਸ ਪੀ ਬਲਵਿੰਦਰ ਸੇਖੋਂ ਬੜੇ ਜ਼ੋਰ ਸ਼ੋਰ ਨਾਲ ਕਰ ਰਹੇ ਨੇ ਆਪਣਾ ਪ੍ਰਚਾਰ, ਹਾਲਾਂਕਿ ਕਹਿੰਦੇ ਵੀ ਮੈਂ ਜਿੱਤਣ ਲਈ ਨਹੀਂ ਆਇਆ, ਪਰ ਲੋਕ ਕਹਿ ਦਿੰਦੇ ਵੀ ਸੇਖੋਂ ਕਿਸੇ ਨੂੰ, ਜੇ ਆਪ ਜਿੱਤਣ ਨਹੀਂ ਆਇਆ ਤਾਂ ਹੋ ਸਕਦਾ ਕਿਸੇ ਨੂੰ ਜਿਤਾ ਹਰਾਉਣ ਦੀ ਹਿੰਮਤ ਰੱਖਦਾ ਜਾਂ ਉਹੋ ਜਿਹੀ ਜੋੜ ਤੋੜ ਹੋ ਸਕਦੀ। ਦੇਖੋ ਕਿਸੇ ਨੂੰ ਵੀ ਆਪਾਂ ਘੱਟ ਆਂਕ ਨਹੀਂ ਸਕਦੇ, ਇਹ ਪੋਲੀਟਿਕਸ ਹੈ, ਪਰ ਜੇ ਤੱਕ ਮੇਰਾ ਨਜ਼ਰੀਆ ਵੀ ਉਹ ਕੈਂਡੀਡੇਟ ਹੈ, ਉਹ ਨਾ ਤਿੰਨਾਂ 'ਚ, ਨਾ ਤੇਰਾਂ 'ਚ, ਨਾ ਟੋਕਰੀ 'ਚ, ਨਾ ਬੇਰਾਂ 'ਚ, ਨਾ ਪਲੇਅਰਾਂ 'ਚ, ਨਾ ਸਪੇਅਰਾਂ 'ਚ, ਉਹਦਾ ਕੁਛ ਨਹੀਂ ਬਣਦਾ। ਉਹ ਵਿਚਾਰਾ ਇੱਕ ਗਿਆ ਹੈ ਅਤੇ ਬਰੰਗ ਚਿੱਠੀ ਵਾਂਗ ਉਹਨੇ ਆ ਜਾਣਾ। ਸੋ ਮੇਰੇ ਖਿਆਲ ਆ ਵੀ ਉਸ ਬੰਦੇ ਨੇ ਇਲੈਕਸ਼ਨ ਜੇ ਲੜਨੀ ਸੀ ਤਾਂ ਉਹਨੂੰ ਲੁਧਿਆਣੇ ਤੋਂ ਆ ਕੇ ਲੜ ਲੈਣੀ ਚਾਹੀਦੀ ਸੀ, ਜਿੱਥੇ ਉਹਨੇ ਸਰਵਿਸ ਕੀਤੀ, ਜਿੱਥੇ ਉਹਦਾ ਆਸ਼ੂ ਹੋਰਾਂ ਨਾਲ ਪੰਗਾ ਪਿਆ ਜਿਹਦੇ ਕਰਕੇ ਨੌਕਰੀ ਛੱਡਣੀ ਪਈ। ਸੋ ਉਸ ਦਾ ਇਹ ਬਲੰਡਰ ਹੋਏਗਾ, ਬਲੰਡਰ। ਬਾਈ ਬਹੁਤ ਬਹੁਤ ਧੰਨਵਾਦ, ਤੁਸੀਂ ਗੱਲਬਾਤ ਕੀਤੀ। ਧੰਨਵਾਦ ਕਰਨ ਜੀ, ਧੰਨਵਾਦ ਤੁਹਾਡਾ। ਹਰਵਿੰਦਰ ਸਿੰਘ ਆਪਣੇ ਬਾਈ ਨੇ ਅਕਾਲ ਵਾਲੇ, ਅਸੀਂ ਪਿਆਰ ਨਾਲ ਅਕਾਲ ਵੀ ਕਹਿ ਦਿੰਦੇ ਹਾਂ। ਅੱਜ ਕੀ ਕੁਛ ਹੋਇਆ ਪੰਜਾਬ ਦੇ ਵਿੱਚ, ਅੰਮ੍ਰਿਤਾ ਵੜਿੰਗ ਦੇ ਮੈਟਰ 'ਤੇ ਵੀ ਇਹਨਾਂ ਨੇ ਆਪਣਾ ਨਜ਼ਰੀਆ ਸਾਂਝਾ ਕੀਤਾ, ਅਤੇ ਸੰਗਰੂਰ ਦੇ ਵਿੱਚ ਕੀ ਪੱਕ ਰਿਹਾ, ਉੱਥੇ ਕਿਹੜੇ ਲੀਡਰ ਕਿਸ ਤੋਂ ਨਾਰਾਜ਼, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਛ ਹੋ ਸਕਦਾ ਹੈ, ਇਹਦੀ ਭਵਿੱਖਬਾਣੀ ਵੀ ਕੀਤੀ। ਸਾਡਾ ਪ੍ਰੋਗਰਾਮ ਕੋਰੀਆਂ ਕਰਾਰੀਆਂ ਤੁਹਾਨੂੰ ਕਿਹੋ ਜਿਹਾ ਲੱਗਾ, ਤੁਹਾਡੇ ਜਿਹੜੇ ਸਵਾਲ ਨੇ ਤੁਸੀਂ ਕਮੈਂਟ 'ਚ ਪੁੱਛ ਸਕਦੇ ਹੋ, ਅਸੀਂ ਕੱਲ੍ਹ ਦੇ ਐਪੀਸੋਡ 'ਚ ਉਹਨਾਂ ਸਵਾਲਾਂ 'ਤੇ ਵੀ ਡਿਸਕਸ਼ਨ ਕਰਾਂਗੇ। ਫਿਲਹਾਲ ਲਈ ਸਾਨੂੰ ਇਜਾਜ਼ਤ ਦਿਓ, ਸਤਿ ਸ਼੍ਰੀ ਅਕਾਲ।